ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਨੇੜੇ ਪਾਕਿਸਤਾਨ ਸਰਕਾਰ ਦਾ ਵੱਡਾ ਉਪਰਾਲਾ। ਲੈਂਦੇ ਪੰਜਾਬ ਦੀ ਸਰਕਾਰ ਲੈ ਕੇ ਆ ਰਹੀ ਹੈ ਪ੍ਰੋਜੈਕਟ ਦਰਸ਼ਨ ਰਿਜ਼ੋਰਟ। ਦੇਸ਼ ਵਿਦੇਸ਼ ਦੇ ਲੋਕਾਂ ਲਈ ਤਿਆਰ ਕੀਤਾ ਜਾ ਰਿਹਾ ਇਹ ਪ੍ਰੋਜੈਕਟ। ਪਾਕਿਸਤਾਨ ਸਰਕਾਰ ਕਰਨ ਜਾ ਰਹੀ ਹੈ ਇੱਕ ਵੱਡਾ ਉਪਰਾਲਾ ਅਤੇ ਲੈਂਦੇ ਪੰਜਾਬ ਦੀ ਪੰਜਾਬ ਸਰਕਾਰ ਲਿਆ ਰਹੀ ਹੈ ਇੱਕ ਦਰਸ਼ਨ ਰਿਜ਼ੋਰਟ ਦਾ ਪ੍ਰੋਜੈਕਟ। ਦਰਸ਼ਨ ਰਿਜ਼ੋਰਟ ਅਸਲ ਦੇ ਵਿੱਚ ਪਾਕਿਸਤਾਨ ਦੇ ਵਿੱਚ ਲਹਿੰਦਾ ਪੰਜਾਬ ਜੋ ਹੈ ਉਸ ਦੇ ਵਿੱਚ ਬਣਾਏ ਜਾਣ ਵਾਲੀ ਇੱਕ ਵੱਡੀ ਇਮਾਰਤ ਹੈ ਜਿਹੜੀ ਕਿ ਸਿੱਖ ਸ਼ਰਧਾਲੂ ਜਿਹੜੇ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਨੇ ਉਹਨਾਂ ਦੇ ਲਈ ਤਿਆਰ ਕੀਤੀ ਜਾ ਰਹੀ ਹੈ। ਇਸ ਰਿਜ਼ੋਰਟ ਦੇ ਵਿੱਚ ਜਿਹੜੇ ਨੇ ਸਿੱਖ ਸ਼ਰਧਾਲੂ ਆ ਕੇ ਠਹਿਰ ਸਕਣਗੇ ਅਤੇ ਉਹਨਾਂ ਦੇ ਲਈ ਕਾਫੀ ਸੁੱਖ ਸੁਵਿਧਾਵਾਂ ਜਿਹੜੀਆਂ ਨੇ ਉੱਥੇ ਉਪਲਬਧ ਹੋਣਗੀਆਂ ਅਤੇ ਨਾਲ ਉਹ ਇਹ ਜਿਹੜਾ ਪ੍ਰੋਜੈਕਟ ਹੈ ਉਹ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਬਿਲਕੁਲ ਨੇੜੇ ਬਣਾਇਆ ਜਾਣਾ ਅਤੇ ਉਸ ਦੌਰਾਨ ਇੱਥੇ ਜਿਹੜੇ ਆ ਕੇ ਲੋਕ ਠਹਿਰ ਸਕਣਗੇ ਅਤੇ ਉਸ ਰਿਜ਼ੋਰਟ ਤੋਂ ਸ਼੍ਰੀ ਗੁਰਦੁਆਰਾ ਕਰਤਾਰ ਸਾਹਿਬ ਦੇ ਦਰਸ਼ਨ ਦਿਦਾਰੇ ਵੀ ਉਹ ਜਿਹੜੇ ਨੇ ਉੱਥੋਂ ਦੇ ਨਜ਼ਾਰਾ ਵੀ ਦੇਖ ਸਕਣਗੇ ਅਤੇ ਦਰਸ਼ਨ ਦਿਦਾਰੇ ਕਰ ਸਕਣਗੇ। ਅਤੇ ਹੁਣ ਜੇ ਦੇਖਿਆ ਜਾਵੇ ਤਾਂ ਸ਼੍ਰੀ ਕਰਤਾਰਪੁਰ ਸਾਹਿਬ ਜਿਹੜਾ ਗੁਰਦੁਆਰਾ ਉਹਦੇ ਨੇੜੇ ਪਾਕਿਸਤਾਨ ਸਰਕਾਰ ਜਿਹੜੀ ਇੱਕ ਵੱਡੀ ਇਮਾਰਤ ਬਣਾਉਣ ਜਾ ਰਹੀ ਹੈ ਜਿਸਦਾ ਨਾਮ ਦਰਸ਼ਨ ਰਿਜ਼ੋਰਟ ਰੱਖਿਆ ਗਿਆ ਅਤੇ ਲਹਿੰਦੇ ਪੰਜਾਬ ਦੀ ਸਰਕਾਰ ਇਹ ਪ੍ਰੋਜੈਕਟ ਲੈ ਕੇ ਆਈ ਹੈ ਅਤੇ ਇਸ ਦੀ ਉਸਾਰੀ ਦੇ ਉੱਤੇ ਕਰੀਬ 300 ਮਿਲੀਅਨ ਜਿਹੜੇ ਪਾਕਿਸਤਾਨੀ ਰੁਪਏ ਉਹ ਖਰਚ ਕੀਤੇ ਜਾਣਗੇ। ਇਹ 5 ਮੰਜ਼ਿਲਾ ਇਮਾਰਤ ਬਣਾਈ ਜਾਊਗੀ ਅਤੇ 1 ਸਾਲ ਦੇ ਵਿੱਚ ਜਿਹੜੀ ਹੈ ਉਹ ਤਿਆਰ ਕੀਤੀ ਜਾਵੇਗੀ। ਇਸ ਦਰਸ਼ਨ ਰਿਜ਼ੋਰਟ ਦੇ ਰਾਹੀਂ ਜਿਹੜੇ ਨੇ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਜਿਹੜੇ ਸਿੱਖ ਸ਼ਰਧਾਲੂ ਨੇ ਇੱਥੇ ਆ ਕੇ ਠਹਿਰ ਸਕਣਗੇ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰ ਸਕਣਗੇ। ਪਾਕ ਸਰਕਾਰ ਜਿਹੜੀ ਹੈ ਪੰਜਾਬ ਦੇ ਸੈਰ ਸਪਾਟਾ ਸਕੱਤਰ ਨੇ ਰਾਜਾ ਜਹਾਂਗੀਰ ਅਨਵਰ ਉਹਨਾਂ ਨੇ ਪਾਕਿਸਤਾਨੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਇਹ ਜਿਹੜੀ ਸਾਰੀ ਜਾਣਕਾਰੀ ਹੈ ਉਹਨਾਂ ਨੇ ਸਾਂਝੀ ਕੀਤੀ ਹੈ ਅਤੇ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ 300 ਮਿਲੀਅਨ ਰੁਪਏ ਦੀ ਅੰਦਾਜ਼ਨ ਲਾਗਤ ਦੇ ਨਾਲ ਜਿਹੜਾ ਹੈ 5 ਮੰਜ਼ਿਲਾ ਦਰਸ਼ਨ ਰਿਜ਼ੋਰਟ ਦਾ ਨਿਰਮਾਣ ਅਗਲੇ ਮਹੀਨੇ ਸ਼ੁਰੂ ਹੋ ਜਾਏਗਾ ਅਤੇ ਜਿਹੜਾ ਇਹ ਪ੍ਰੋਜੈਕਟ ਹੈ ਦੁਨੀਆ ਭਰ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੀ ਸਹੂਲਤ ਨੂੰ ਜਿਹੜੀ ਹੈ ਉਹ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ। ਅਤੇ ਪ੍ਰੋਜੈਕਟ ਦੇ ਬਾਰੇ ਉਹਨਾਂ ਕਿਹਾ ਕਿ ਇਹ ਗੁਰਦੁਆਰਾ ਦਰਬਾਰ ਸਾਹਿਬ ਤੋਂ ਮਹਿਜ਼ 500 ਮੀਟਰ ਦੀ ਦੂਰੀ 'ਤੇ ਬਣਾਇਆ ਜਾਊਗਾ ਅਤੇ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਇਸ ਪ੍ਰੋਜੈਕਟ ਨੂੰ 2024 ਦੇ ਅੰਤ ਤੱਕ 1 ਸਾਲ ਦੇ ਅੰਦਰ ਪੂਰਾ ਕਰਨ ਦਾ ਟੀਚਾ ਹੈ ਅਤੇ ਇਸ ਪੂਰੇ ਪ੍ਰੋਜੈਕਟ ਲਈ ਪਾਕਿਸਤਾਨ ਦੀ ਪੰਜਾਬ ਸਰਕਾਰ ਵੱਲੋਂ ਫੰਡ ਦਿੱਤੇ ਜਾਣਗੇ। ਅਤੇ ਸਕੱਤਰ ਨੇ ਇਹ ਵੀ ਨਾਲ ਦੱਸਿਆ ਕਿ ਇਸ ਰਿਜ਼ੋਰਟ ਦੇ ਵਿੱਚ 1 ਮਿੰਨੀ ਸਿਨੇਮਾ 1 ਜਿਮ ਅਤੇ ਘੱਟੋ ਘੱਟ 10 ਕਮਰੇ ਹੋਣਗੇ ਅਤੇ ਇਸ ਰਿਜ਼ੋਰਟ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਨਜ਼ਾਰਾ ਵੀ ਦੇਖਿਆ ਜਾ ਸਕੇਗਾ ਅਤੇ ਪੰਜਾਬ ਦੇ ਜਿਹੜੇ ਕਾਰਜਕਾਰੀ ਮੁੱਖ ਮੰਤਰੀ ਨੇ ਲਹਿੰਦੇ ਪੰਜਾਬ ਦੇ ਮੋਹਸਿਨ ਨਕਵੀ ਉਹਨਾਂ ਨੇ ਵੀ ਪੰਜਾਬ ਜਿਹੜੀ ਸੈਰ ਸਪਾਟਾ ਵਿਭਾਗ ਹੈ ਉਹਨੂੰ 50 ਕਮਰਿਆਂ ਵਾਲਾ ਦਰਸ਼ਨ ਰਿਜ਼ੋਰਟ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਹੁਣ ਇਹ ਰਿਜ਼ੋਰਟ ਜਿਹੜਾ ਪਾਕਿਸਤਾਨ ਦੇ ਵਿੱਚ ਲਹਿੰਦੇ ਪੰਜਾਬ ਦੇ ਵਿੱਚ ਸ਼੍ਰੀ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਬਿਲਕੁਲ ਨੇੜੇ ਮਹਿਜ਼ 500 ਮੀਟਰ ਦੀ ਦੂਰੀ ਉੱਤੇ ਬਣਾਇਆ ਜਾਊਗਾ ਅਤੇ ਇਸ ਦੇ ਉੱਤੋਂ ਜਿਹੜੇ ਸਿੱਖ ਸ਼ਰਧਾਲੂ ਨੇ ਦੇਸ਼ਾਂ ਵਿਦੇਸ਼ਾਂ 'ਚ ਰਹਿਣ ਵਾਲੇ NRI ਸ਼ਰਧਾਲੂ ਨੇ ਉਹਨਾਂ ਦੇ ਲਈ ਇੱਥੇ ਜਿਹੜਾ ਉਸ ਰਿਜ਼ੋਰਟ ਦੇ ਵਿੱਚ ਆ ਕੇ ਠਹਿਰ ਸਕਣਗੇ ਅਤੇ ਪਹਿਲਾਂ ਦੇ 10 ਕਮਰੇ ਦੀ ਇਜਾਜ਼ਤ ਦਿੱਤੀ ਕਿ ਪਰ ਹੁਣ 50 ਕਮਰੇ ਤੱਕ ਦੀ ਇਜਾਜ਼ਤ ਇਹਦੇ ਵਿੱਚ ਮਿਲ ਚੁੱਕੀ ਹੈ ਅਤੇ 5 ਮੰਜ਼ਿਲਾ ਜਿਹੜੀ ਇਮਾਰਤ ਉਹ ਇਸ ਦੇ ਉੱਤੇ ਬਣਾਈ ਜਾਵੇਗੀ ਅਤੇ 300 ਮਿਲੀਅਨ ਜਿਹੜਾ ਪਾਕਿਸਤਾਨੀ ਰੁਪਇਆ ਉਹਦੇ ਉੱਤੇ ਖਰਚ ਹੋਊਗਾ ਅਤੇ ਇਸ ਸਾਰੇ ਦੇ ਨਾਲ ਹੁਣ ਸਿੱਖ ਸ਼ਰਧਾਲੂਆਂ ਨੂੰ ਕਾਫੀ ਜ਼ਿਆਦਾ ਸਹੂਲਤਾਂ ਜਿਹੜੀਆਂ ਨੇ ਪਾਕਿਸਤਾਨ ਸਰਕਾਰ ਦੇ ਵੱਲੋਂ ਇਸ ਰਿਜ਼ੋਰਟ ਦੇ ਵਿੱਚ ਮਿਲ ਜਾਣਗੀ। ਪਰ ਹੁਣ ਦੇਖਣਾ ਇਹ ਹੋਏਗਾ ਕਿ ਪਾਕਿਸਤਾਨ ਸਰਕਾਰ ਇਸ ਨੂੰ ਤਿਆਰ ਕਿੰਨੇ ਚਿਰ ਵਿੱਚ ਕਰਦੀ ਹੈ ਅਤੇ ਕਿਹੜੀਆਂ ਜਿਹੜੀਆਂ ਸੁੱਖ ਸਹੂਲਤਾਂ ਨੇ ਤਾਂ ਜਾਂ ਸੁਵਿਧਾਵਾਂ ਨੇ ਉਹ ਸਿੱਖ ਸ਼ਰਧਾਲੂਆਂ ਨੂੰ ਉੱਥੇ ਮਿਲ ਜਾਣਗੀਆਂ।